ਕਿਸੇ ਨਾਲ ਕੋਈ ਮੈਂ ਸਲਾਹ ਨਹੀਂ ਕੀਤੀ ਹੈਗੀ। ਦੇਖੋ ਜੀ, ਇੰਨੀ ਦੂਰ ਕੋਈ ਆਏਗਾ ਵੀ ਨਹੀਂ, ਇਸ ਤਰ੍ਹਾਂ ਮਨ 'ਚ ਸ਼ਰਧਾ ਹੋਣੀ ਚਾਹੀਦੀ, ਠੀਕ ਹੈ ਨਾ। ਦੂਜੀ ਗੱਲ ਇਹ ਹੈ ਕਿ ਮੇਰੇ ਫਾਦਰ ਸਾਹਿਬ, ਉਹਨੂੰ ਕੱਲ੍ਹ ਪਤਾ ਲੱਗਾ ਸੀ ਮੈਂ ਜਾ ਰਿਹਾ ਵਾਂ, ਅਤੇ ਉਹਨਾਂ ਨੇ ਕਹਿਣ ਲੱਗੀ ਬੇਟਾ ਟ੍ਰੇਨ 'ਚ ਚੱਲਦਾ, ਉਹਨਾਂ ਨੇ ਨਾਂ ਲਿਖੀ ਸੀ, ਇਹ ਕਿਹਾ ਕਿ ਟ੍ਰੇਨ 'ਚ ਚੱਲ ਜਾ। ਅਤੇ ਕਰਕੇ ਪਹਿਲਾਂ ਤਾਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਮੈਂ ਦੇਖ ਲਵਾਂਗਾ। ਬਾਅਦ 'ਚ ਮੈਂ ਪੈਰੋਂ ਬਾਅਦ ਦਾ ਸਮਾਨ ਇਕੱਠਾ ਕਰਦਾ ਚੱਲ ਲਾ ਦਿੱਤਾ। 5-6 ਵਜੇ ਮੈਂ ਕਿਹਾ ਕਿ ਮੈਂ ਜਾ ਰਿਹਾ, ਫਿਰ ਮੇਰੇ ਫਾਦਰ ਸਾਹਿਬ ਨੇ ਜਾ, ਮੈਂ ਕਿਹਾ ਜਾ ਬੇਟਾ ਜਿੱਥੇ ਜਾਣਾ ਕੋਈ ਗੱਲ ਨਹੀਂ, ਤੇਰੇ ਮਨ ਦੀ ਸ਼ਰਧਾ ਵਾ, ਕੋਈ ਦਿੱਕਤ ਨਹੀਂ। ਸਰ ਮੇਰਾ ਨਾ ਬੇਟਾ ਨਹੀਂ ਠੀਕ, ਅਤੇ ਇਸ ਕਰਕੇ ਉਸ ਵਾਸਤੇ ਕਿਹਾ ਸੀ ਸਾਡੇ ਜਾ ਰਹੇ, ਤਾਂ ਦੇਖੋ ਮਨ ਦੀ ਸ਼ਰਧਾ ਵਾ, ਠੀਕ ਹੈ ਨਾ। ਕੋਈ ਚੱਲ ਕੇ ਆ ਰਿਹਾ, ਕੋਈ ਪੁੱਠਾ ਚੱਲ ਕੇ ਆ ਰਿਹਾ, ਤੁਹਾਨੂੰ ਪਤਾ ਹੀ ਹੈ। ਬਾਕੀ ਜੋ ਸਾਧੂ ਸੰਤ ਆ ਉਹਨਾਂ ਨੇ ਵੀ ਤਪੱਸਿਆ ਕੀਤੀ, ਫਿਰ ਹੀ ਪਰਮਾਤਮਾ ਨੂੰ ਪਾਇਆ, ਕਰਕੇ ਕੁਛ ਨਾ ਕੁਛ ਕਰਨਾ ਪੈਂਦਾ। ਭਾਈ ਮੈਂ ਨਹੀਂ ਸੋਚਿਆ, ਉਹਨਾਂ ਨੇ ਜਿੱਥੇ ਬੁਲਾਇਆ ਮੈਨੂੰ, ਉਹਨਾਂ ਨੇ ਸੋਚਿਆ ਹੋਣਾ ਕੁਛ ਨਾ ਕੁਛ, ਤਾਂ ਹੀ ਬੁਲਾਇਆ। ਸਭ ਉਹਨਾਂ ਦੇ ਦੌਰਾ ਵਾ, ਹਾਲੇ ਤੱਕ ਮੈਨੂੰ ਕੁਛ ਨਹੀਂ ਪਤਾ ਕਿੱਥੇ ਰਹਿਣਾ ਕੀ ਕਰਨਾ, ਅਤੇ ਬਸ ਇਹ ਆ ਕਿ ਪਰਮਾਤਮਾ ਨੂੰ ਪਤਾ ਵਾ ਕਿ ਮੈਂ ਕਿੱਥੇ ਰਹਿਣਾ ਜੀ। ਦੇਖੋ ਜੀ, ਰਸਤੇ ਸਾਰੇ ਅਲੱਗ ਅਲੱਗ ਨੇ, ਪਰ ਜਾਣੇ ਪਰਮਾਤਮਾ ਦੂਰ ਦੂਰ, ਠੀਕ ਹੈ ਨਾ। ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਬਸ ਇਹ ਲੜਾਈ ਲੜੂਈ ਨਹੀਂ ਕਰਨੀ ਚਾਹੀਦੀ ਧਰਮਾਂ ਵਿੱਚ, ਠੀਕ ਹੈ ਨਾ। ਸਾਰਿਆਂ ਨੇ ਮੰਨਣਾ ਤਾਂ ਪਰਮਾਤਮਾ ਨੂੰ, ਠੀਕ ਹੈ ਨਾ। ਬਾਕੀ ਇੱਥੋਂ ਕੁਛ ਲੈ ਕੇ ਜਾਣਾ ਵੀ, ਦੇਖੋ ਜਦੋਂ ਦਾ ਬਣਨ ਡਿਆ ਸੀ ਆਪਣੇ ਮਨ 'ਚ ਗਵਾਈ ਸੀ ਕਿ ਜਾਣਾ ਵਾ, ਅਤੇ ਬੇਟਾ ਮੇਰਾ ਠੀਕ ਨਹੀਂ ਸੀ, ਇਸ ਕਰਕੇ ਮੈਂ ਕਿਹਾ ਜਿੱਦਾਂ ਮਾਰਾ ਹੀ ਬੁਲਾਉਣ ਲਓ, ਅਤੇ ਮਨ 'ਚ ਆਇਆ ਕਿ ਸਾਈਕਲ 'ਤੇ। ਇਸ ਮੌਕੇ 'ਤੇ ਸਾਰਿਆਂ ਨੂੰ ਆਪਣੇ ਘਰ ਦੀ ਪਾਲਾ, ਬਾਈ ਚੰਗੀ ਨੂੰ ਦੀਪ ਪਾਲਾ ਕਰਨੀ ਚਾਹੀਦੀ ਹੈ, ਆਪਣੇ ਘਰ ਕਿਸੇ ਨੂੰ ਮਨਾਉਣਾ ਚਾਹੀਦਾ, ਵਿਆਹਾਂ ਭਰਮਾਂ ਨੂੰ ਛੱਡ ਕੇ ਹਰ ਇੱਕ ਨੂੰ ਮਨਾਉਣਾ ਚਾਹੀਦਾ, ਹਰ ਇੱਕ ਘਰ। ਅਤੇ ਮਾਰਾ ਹੀ ਕਿਰਪਾ ਕਰੇ, ਮੇਰੀ ਯਾਤਰਾ ਸਫਲ ਕਰੇ, ਅਤੇ ਰਾਮ ਮੰਦਰ ਦੀ ਸਭ ਨੂੰ ਵਧਾਈ। ਕਿਸੇ ਨਾਲ ਕੋਈ ਮੈਂ ਸਲਾਹ ਨਹੀਂ ਕੀਤੀ ਹੈਗੀ। ਦੇਖੋ ਜੀ, ਇੰਨੀ ਦੂਰ ਕੋਈ ਆਏਗਾ ਵੀ ਨਹੀਂ, ਇਸ ਤਰ੍ਹਾਂ ਮਨ 'ਚ ਸ਼ਰਧਾ ਹੋਣੀ ਚਾਹੀਦੀ, ਠੀਕ ਹੈ ਨਾ। ਦੂਜੀ ਗੱਲ ਇਹ ਹੈ ਕਿ ਮੇਰੇ ਫਾਦਰ ਸਾਹਿਬ, ਉਹਨੂੰ ਕੱਲ੍ਹ ਪਤਾ ਲੱਗਾ ਸੀ ਮੈਂ ਜਾ ਰਿਹਾ ਵਾਂ, ਅਤੇ ਉਹਨਾਂ ਨੇ ਕਹਿਣ ਲੱਗੀ ਬੇਟਾ ਟ੍ਰੇਨ 'ਚ ਚੱਲਦਾ, ਉਹਨਾਂ ਨੇ ਨਾਂ ਲਿਖੀ ਸੀ, ਇਹ ਕਿਹਾ ਕਿ ਟ੍ਰੇਨ 'ਚ ਚੱਲ ਜਾ। ਅਤੇ ਕਰਕੇ ਪਹਿਲਾਂ ਤਾਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਮੈਂ ਦੇਖ ਲਵਾਂਗਾ। ਬਾਅਦ 'ਚ ਮੈਂ ਪੈਰੋਂ ਬਾਅਦ ਦਾ ਸਮਾਨ ਇਕੱਠਾ ਕਰਦਾ ਚੱਲ ਲਾ ਦਿੱਤਾ। 5-6 ਵਜੇ ਮੈਂ ਕਿਹਾ ਕਿ ਮੈਂ ਜਾ ਰਿਹਾ, ਫਿਰ ਮੇਰੇ ਫਾਦਰ ਸਾਹਿਬ ਨੇ ਨੂੰ ਜਾ, ਮੈਂ ਕਿਹਾ ਜਾ ਬੇਟਾ ਜਿੱਥੇ ਜਾਣਾ ਕੋਈ ਗੱਲ ਨਹੀਂ, ਤੇਰੇ ਮਨ ਦੀ ਸ਼ਰਧਾ ਵਾ, ਕੋਈ ਦਿੱਕਤ ਨਹੀਂ। ਸਰ ਮੇਰਾ ਨਾ ਬੇਟਾ ਨਹੀਂ ਠੀਕ, ਅਤੇ ਇਸ ਕਰਕੇ ਉਸ ਵਾਸਤੇ ਕਿਹਾ ਸੀ ਸਾਡੇ ਜਾ ਰਹੇ, ਤਾਂ ਦੇਖੋ ਮਨ ਦੀ ਸ਼ਰਧਾ ਵਾ, ਠੀਕ ਹੈ ਨਾ। ਕੋਈ ਚੱਲ ਕੇ ਆ ਰਿਹਾ, ਕੋਈ ਪੁੱਠਾ ਚੱਲ ਕੇ ਆ ਰਿਹਾ, ਤੁਹਾਨੂੰ ਪਤਾ ਹੀ ਹੈ। ਬਾਕੀ ਜੋ ਸਾਧੂ ਸੰਤ ਆ ਉਹਨਾਂ ਨੇ ਵੀ ਤਪੱਸਿਆ ਕੀਤੀ, ਫਿਰ ਹੀ ਪਰਮਾਤਮਾ ਨੂੰ ਪਾਇਆ, ਕਰਕੇ ਕੁਛ ਨਾ ਕੁਛ ਕਰਨਾ ਪੈਂਦਾ। ਭਾਈ ਮੈਂ ਨਹੀਂ ਸੋਚਿਆ, ਉਹਨਾਂ ਨੇ ਜਿੱਥੇ ਬੁਲਾਇਆ ਮੈਨੂੰ, ਉਹਨਾਂ ਨੇ ਸੋਚਿਆ ਹੋਣਾ ਕੁਛ ਨਾ ਕੁਛ, ਤਾਂ ਹੀ ਬੁਲਾਇਆ। ਸਭ ਉਹਨਾਂ ਦੇ ਦੌਰਾ ਵਾ, ਹਾਲੇ ਤੱਕ ਮੈਨੂੰ ਕੁਛ ਨਹੀਂ ਪਤਾ ਕਿੱਥੇ ਰਹਿਣਾ ਕੀ ਕਰਨਾ, ਅਤੇ ਬਸ ਇਹ ਆ ਕਿ ਪਰਮਾਤਮਾ ਨੂੰ ਪਤਾ ਵਾ ਕਿ ਮੈਂ ਕਿੱਥੇ ਰਹਿਣਾ ਜੀ। ਦੇਖੋ ਜੀ, ਰਸਤੇ ਸਾਰੇ ਅਲੱਗ ਅਲੱਗ ਨੇ, ਪਰ ਜਾਣੇ ਪਰਮਾਤਮਾ ਦੂਰ ਦੂਰ, ਠੀਕ ਹੈ ਨਾ। ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਬਸ ਇਹ ਲੜਾਈ ਲੜੂਈ ਨਹੀਂ ਕਰਨੀ ਚਾਹੀਦੀ ਧਰਮਾਂ ਵਿੱਚ, ਠੀਕ ਹੈ ਨਾ। ਸਾਰਿਆਂ ਨੇ ਮੰਨਣਾ ਤਾਂ ਪਰਮਾਤਮਾ ਨੂੰ, ਠੀਕ ਹੈ ਨਾ। ਬਾਕੀ ਇੱਥੋਂ ਕੁਛ ਲੈ ਕੇ ਜਾਣਾ ਵੀ, ਦੇਖੋ ਜਦੋਂ ਦਾ ਬਣਨ ਡਿਆ ਸੀ ਆਪਣੇ ਮਨ 'ਚ ਗਵਾਈ ਸੀ ਕਿ ਜਾਣਾ ਵਾ, ਅਤੇ ਬੇਟਾ ਮੇਰਾ ਠੀਕ ਨਹੀਂ ਸੀ, ਇਸ ਕਰਕੇ ਮੈਂ ਕਿਹਾ ਜਿੱਦਾਂ ਮਾਰਾ ਹੀ ਬੁਲਾਉਣ ਲਓ, ਅਤੇ ਮਨ 'ਚ ਆਇਆ ਕਿ ਸਾਈਕਲ 'ਤੇ। ਇਸ ਮੌਕੇ 'ਤੇ ਸਾਰਿਆਂ ਨੂੰ ਆਪਣੇ ਘਰ ਦੀ ਪਾਲਾ, ਬਾਈ ਤਰੀਕ ਨੂੰ ਦੀਪ ਪਾਲਾ ਕਰਨੀ ਚਾਹੀਦੀ ਹੈ, ਆਪਣੇ ਘਰ ਕਿਸੇ ਨੂੰ ਮਨਾਉਣਾ ਚਾਹੀਦਾ, ਵਿਆਹਾਂ ਭਰਮਾਂ ਨੂੰ ਛੱਡ ਕੇ ਹਰ ਇੱਕ ਨੂੰ ਮਨਾਉਣਾ ਚਾਹੀਦਾ, ਹਰ ਇੱਕ ਘਰ। ਅਤੇ ਮਾਰਾ ਹੀ ਕਿਰਪਾ ਕਰੇ, ਮੇਰੀ ਯਾਤਰਾ ਸਫਲ ਕਰੇ, ਅਤੇ ਰਾਮ ਮੰਦਰ ਦੀ ਸਭ ਨੂੰ ਵਧਾਈ।